ਦੇਸ਼ ਦੀ ਵੰਡ ਵੇਲੇ ਵੱਖ ਵੱਖ ਹੋਏ ਦੋ ਦੋਸਤਾਂ ਦੀ ਸੱਚੀ ਕਹਾਣੀ, ਜਿਨ੍ਹਾਂ ਵਿੱਚੋਂ ਹਮੀਦਾ ਪਾਕਿਸਤਾਨ ਰਹਿ ਗਿਆ ਅਤੇ ਦੂਸਰਾ ਹਿੰਦੁਸਤਾਨ ਵਸਦਾ ਹਜ਼ਾਰੀ ਲਾਲ ਹਜ਼ਾਰਾ ਆਪਣੇ ਦੋਸਤ ਹਮੀਦੇ ਨੂੰ ਚਿੱਠੀ ਦੇ ਰੂਪ ਵਿੱਚ ਕੁਝ ਇਉਂ ਲਿਖ ਰਿਹਾ। ਸ਼ਹਿਰ ਕਸੂਰ ਹੈ ਦੂਰ ਮੇਰੇ ਲਈ ਤੇ ਤੇਰੇ ਲਈ ਨਕੋਦਰ ਹੋਏ ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਇੱਧਰ ਜਾਣ ਜਾਂ ਉੱਧਰ ਆਈ ਕਦੀ ਓਏ ਸੋਚਿਆਈ ਕਦੀ ਸੋਚਿਆਈ ਕਦੀ ਕੀਤਾ ਗੌਰ ਓਏ ਹਮੀਦਿਆ ਸੋਚਿਆਈ ਕਦੀ ਕੀਤਾ ਗੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾਰ ਓਏ ਹਮੀਦਿਆ ਨੇੜੇ ਇਹਨਾਂ ਲਈ ਅੰਬਾਲਾ ਓਏ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ ਬਿਨਾਂ ਵੀਜ਼ਾ ਜਾਂਦੇ ਨੇ ਓਏ ਬਿਨਾਂ ਵੀਜ਼ਾ ਜਾਂਦੇ ਨੇ ਬਿਨਾਂ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾਰ ਓਏ ਹਮੀਦਿਆ ਚੱਕੋਏ ਕੋਏ ਲੜ ਲੜ ਦੁਆ ਨੇ ਸਵਾਦ ਲਿਆ ਚੱਕੋਏ ਹਾਲੇ ਤਾਈਂ ਦੁੱਖ ਦੇ ਨੇ ਓਏ ਹਾਲੇ ਤਾਈਂ ਦੁੱਖ ਦੇ ਨੇ ਹਾਲੇ ਤਾਈਂ ਦੁੱਖ ਦੇ ਨੇ ਮੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨਾਰ ਓਏ ਹਮੀਦਿਆ ਸੋਚਿਆਈ ਕਦੀ ਕੀਤਾ ਵਾਰ ਓਏ ਹਮੀਦਿਆ ਵਾਰਿਸ ਰਾਂਝਾ ਪੀਰ ਓਏ ਸੱਸੀ ਸੋਹਣੀ ਸਹਿਬਾਂ ਸਾਡੀ ਸਾਂਝੀ ਮਾਈ ਹੀਰ ਓਏ ਸੱਸੀ ਸੋਹਣੀ ਸਹਿਬਾਂ ਸਾਡੀ ਸਾਂਝੀ ਮਾਈ ਹੀਰ ਓਏ
सांझे ने हजारे होए सांझे ने हजारे सांझे ने हजारे सिर मारोए हमीदिया साडे नालों चंगे ने जनारोए हमीदिया सोचिया ही कदी कीता गारोए हमीदिया।